ਅੱਜ ਅਸੀਂ ਤੁਹਾਨੂੰ ਜਿਸ ਸ਼ਹਿਰ ਦੀ ਸੈਰ ਕਰਾਉਣ ਜਾ ਰਹੇ ਹਾਂ ਇਹ ਹੈ ਅਨੇਕਾਂ ਇਤਿਹਾਸਿਕ ਤੇ ਸੱਭਿਆਚਾਰਕ ਯਾਦਾਂ ਨੂੰ ਸੰਭਾਲੀ ਬੈਠਾ ਦੱਖਣੀ ਮਾਲਵੇ ਦਾ ਦਿਲ ਬਠਿੰਡਾ ਜੋ ਕਿ ਬਹੁਤ ਤੇਜ਼ ਗਤੀ ਦੇ ਨਾਲ ਵਿਕਾਸ ਕਰ ਰਿਹਾ ਹੈ। ਬਠਿੰਡਾ ਸ਼ਹਿਰ ਵਿੱਚ ਪ੍ਰਵੇਸ਼ ਕਰਦਿਆਂ ਹੀ ਨਜ਼ਰ ਆਉਂਦੀਆਂ ਨੇ ਇਹ ਚਿਮਨੀਆਂ। ਇਹ ਚਿਮਨੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ। ਇਸ ਥਰਮਲ ਦੇ ਪਾਣੀ ਨੂੰ ਰੱਖਣ ਲਈ ਇੱਥੇ ਝੀਲਾਂ ਬਣਾਈਆਂ ਗਈਆਂ ਨੇ ਜਿੱਥੇ ਅਨੇਕਾਂ ਸੈਲਾਨੀ ਬੋਟਿੰਗ ਕਰਦੇ ਨੇ। ਇਹ ਹੈ ਬਠਿੰਡੇ ਦਾ ਕਿਲ੍ਹਾ। ਇਸ ਕਿਲ੍ਹੇ ਦਾ ਜਿੰਨਾ ਧਾਰਮਿਕ ਮਹੱਤਵ ਹੈ ਓਨਾ ਹੀ ਇਤਿਹਾਸਕ ਮਹੱਤਵ ਵੀ ਹੈ। ਇਤਿਹਾਸਕ ਮਹੱਤਵ ਦੀ ਜੇਕਰ ਗੱਲ ਕਰੀਏ ਤਾਂ ਇਹ ਕਿਲ੍ਹਾ ਰਜੀਆ ਸੁਲਤਾਨ ਨਾਲ ਸੰਬੰਧ ਰੱਖਦਾ ਹੈ। ਜੇਕਰ ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਹ ਕਿਲ੍ਹਾ ਮੁਬਾਰਕ ਹੋ ਗਿਆ। ਇਹ ਹੈ ਬਠਿੰਡਾ ਦੇ ਭਾਈਚਾਰਕ ਸਾਂਝ ਅਤੇ ਧਾਰਮਿਕ ਏਕਤਾ ਦਾ ਪ੍ਰਤੀਕ ਸਥਾਨ ਦਰਗਾਹ ਬਾਬਾ ਹਜੀ ਰਤਨ ਹਿੰਦੀ ਜੀ। ਇਸ ਥਾਂ ਤੇ ਹਾਜੀ ਰਤਨ ਬਾਬਾ ਜੀ ਦੀ ਮਸਜਿਦ ਦੇ ਨਾਲ ਹੀ ਹੈ ਹਾਜੀ ਰਤਨ ਗੁਰਦੁਆਰਾ ਸਾਹਿਬ। ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਵਿੱਚ ਪਧਾਰੇ ਸਨ ਤੇ ਉਹਨਾਂ ਹਾਜੀ ਰਤਨ ਜੀ ਦੀ ਦਰਗਾਹ ਕੋਲ ਵਣ ਦੇ ਨਾਲ ਘੋੜਾ ਬੰਨਿਆ ਜਿੱਥੇ ਇਹ ਗੁਰਦੁਆਰਾ ਸਾਹਿਬ ਉਸਾਰਿਆ ਗਿਆ। ਅਤੇ ਇਹ ਹੈ ਬਠਿੰਡੇ ਦਾ ਚੇਤਕ ਪਾਰਕ ਜਿੱਥੇ ਲੋਕ ਸੈਰ ਦਾ ਆਨੰਦ ਮਾਣਦੇ ਨੇ। ਇੱਕ ਇਹ ਹੈ ਰੋਜ਼ ਗਾਰਡਨ, ਇੱਥੇ ਵੀ ਸਵੇਰੇ ਸ਼ਾਮ ਲੋਕ ਸੈਰ ਕਰਨ ਲਈ ਆਉਂਦੇ ਨੇ। ਇਹ ਤਸਵੀਰਾਂ ਨੇ ਮਿੱਤਲ ਮਾਲ ਬਠਿੰਡਾ ਦੀਆਂ ਜਿੱਥੇ ਬਹੁ ਗਿਣਤੀ ਵਿੱਚ ਬਠਿੰਡਾ ਦੇ ਲੋਕ ਸ਼ਾਪਿੰਗ ਕਰਨ ਅਤੇ ਫਿਲਮ ਦੇਖਣ ਲਈ ਆਉਂਦੇ ਨੇ। Yeah.